ਤੇ ਐਵੇਂ ਵੀਰੇ ਤੁਸੀਂ ਪ੍ਰੈਸ਼ਰ ਲੈਂਦੇ ਹੋ ਚੀਜ਼ਾਂ ਦਾ ਲਾਈਕ, ਕਿਉਂਕਿ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਨਾ, ਕੀ ਹੋਇਆ ਲੈਣੇ? ਪੂਰੀ ਗੱਲ ਕਰ ਲਿਓ। ਮੈਂ ਕਿਹਾ ਪ੍ਰੈਸ਼ਰ ਲੈਂਦੇ ਹੋ ਚੀਜ਼ਾਂ ਦਾ ਲਾਈਕ, ਮੋਸਟਲੀ ਲਾਈਕ ਸਾਈਮਲਟੇਨੀਅਸਲੀ 200 ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਹੈ ਨਾ, ਅਤੇ ਬਹੁਤ ਸਾਰਾ ਇੰਨੇ ਲੋਕ ਸਾਡੇ ਨਾਲ ਜੁੜੇ ਹੁੰਦੇ ਨੇ, ਤਾਂ ਸਾਰੀਆਂ ਚੀਜ਼ਾਂ ਨੂੰ ਕਰਕੇ ਪਰਫੋਰਮ ਕਰਨ ਦਾ ਪ੍ਰੈਸ਼ਰ, ਅਤੇ ਸਾਰੀ ਚੀਜ਼ਾਂ ਨੂੰ ਕਿਤੇ ਨਾ ਕਿਤੇ ਮੋਢਿਆਂ 'ਤੇ ਆਉਂਦਾ ਪ੍ਰੈਸ਼ਰ ਫੀਲ ਕਰਦੇ ਹੋ? ਨੇਚਰ ਹੈ ਬੰਦੇ ਦੀ, ਹੈ ਨਾ, ਚੱਕ ਲਓ ਕੋਈ ਨਹੀਂ, ਬੋਲੇ ਕੋਈ ਕੁਛ, ਰਾਈਟ, ਵੀ ਪ੍ਰੈਸ਼ਰ ਹੁੰਦਾ ਨਹੀਂ ਹੁੰਦਾ, ਰਿਐਕਟ ਕੁਛ ਕਰੇ ਜਾਂ ਕੁਛ ਨਹੀਂ ਹੁੰਦਾ, ਵੀ ਮੇਰੇ ਤਾਂ ਨਹੀਂ, ਬਈ ਪ੍ਰੈਸ਼ਰ ਹੁੰਦਾ। ਸੱਚ ਗੱਲ ਇਹ ਹੈ, ਕੋਈ ਤੁਹਾਨੂੰ ਦਿਖਾ ਦਿੰਦਾ ਉਹ ਪ੍ਰੈਸ਼ਰ, ਕੋਈ ਕਿਸੇ 'ਚ ਇੰਨੀ ਕੈਪੇਬਿਲਿਟੀ ਹੁੰਦੀ ਹੈ ਵੀ ਉਹ ਨਾਲ ਮੈਨੇਜ ਕਰ ਲੈਂਦਾ। ਕਈਆਂ ਨੂੰ ਪ੍ਰੈਸ਼ਰ 'ਚ ਕੰਮ ਕਰਨਾ ਵਧੀਆ ਲੱਗਦਾ, ਕਈਆਂ ਨੂੰ ਪ੍ਰੈਸ਼ਰ ਲੈਣਾ ਹੀ ਨਹੀਂ ਪਸੰਦ, ਅਤੇ ਕਈ 50-50 ਰੱਖਦੇ ਆ ਸੈਟਅਪ। ਮਤਲਬ ਇਹ ਚੀਜ਼ ਇੰਪੈਕਟ ਪਾਉਂਦੀ ਹੈ ਭਾਜੀ, ਰਾਈਟ, ਜਦੋਂ ਮਲਟੀਪਲ ਚੀਜ਼ਾਂ ਚੱਲਦੀਆਂ ਹੋਣ, ਪਰਫੋਰਮ ਵੀ ਕਰਨਾ ਹੈ, ਤੁਸੀਂ ਫਿਲਮ ਪ੍ਰੋਡਿਊਸ ਵੀ ਕਰ ਰਹੇ ਹੋ, ਤੁਸੀਂ ਗਾਣੇ ਵੀ ਗਾਉਣੇ ਨੇ, ਸ਼ੋਜ਼ ਵੀ ਲਾਉਣੇ ਨੇ, ਕੈਰੀਅਰ ਤੁਹਾਡਾ ਤੁਸੀਂ ਸਟੇਬਲ ਵੀ ਕਰਕੇ ਰੱਖਣਾ, ਰਾਈਟ, ਅਤੇ ਫਿਲਮਾਂ ਵੀ ਪਿੱਛੇ ਵਰਕ ਨਹੀਂ ਕੀਤੀਆਂ, ਉਹ ਚੀਜ਼ਾਂ ਬਈ 100% ਦਿਮਾਗ 'ਚ ਚੱਲਦੀਆਂ ਵੀ ਦਿਸ ਇਜ਼ ਯੋਰ ਚਾਂਸ, ਦਿਸ ਇਜ਼ ਮਾਈਟ ਬੀ ਯੋਰ ਲਾਸਟ ਚਾਂਸ, ਦਿਸ ਇਜ਼ ਮਾਈਟ ਬੀ ਯੋਰ ਸੈਕਿੰਡ ਲਾਸਟ, ਸੋ ਇਹ ਚੀਜ਼ਾਂ ਸਾਰੀਆਂ ਤੁਹਾਡੇ ਦਿਮਾਗ 'ਚ ਚੱਲਦੀਆਂ, ਕੋਈ ਉਹਨਾਂ ਨੂੰ ਸ਼ੋਅ ਕਰਦਾ ਕੋਈ ਨਹੀਂ ਕਰਦਾ, ਬਟ ਯੂ ਹੈਵ ਟੂ ਟੇਕ ਇਟ ਇਨ ਅ ਪੋਜ਼ਿਟਿਵ ਵੇ ਐਵਰੀ ਟਾਈਮ। ਜੋ ਮਰਜ਼ੀ ਹੁੰਦਾ ਹੋ ਜੇ, ਤੁਹਾਡੇ 'ਤੇ ਕਿਸੇ ਨੇ 4 ਪੈਸੇ ਲਾਏ ਆ, ਤੁਸੀਂ ਉਹ ਪ੍ਰੈਜੈਂਟ ਟਾਈਮ ਦੇ ਵਿੱਚ ਜਿਹੜੇ ਤੁਸੀਂ ਚੀਜ਼ ਤੁਸੀਂ ਬਣਾ ਰਹੇ ਹੋ ਉਹ ਨਹੀਂ ਸਫ਼ਰ ਕਰਨੀ ਚਾਹੀਦੀ, ਉਹਨੂੰ ਤੁਸੀਂ ਪ੍ਰੈਸ਼ਰ ਲੈ ਕੇ ਪੋਜ਼ਿਟਿਵ ਰੱਖਣਾ ਬੇਸਿਕਲੀ, ਉਹ ਜਿਹੜਾ ਮੂਮੈਂਟ ਆ ਉਹਨੂੰ ਤੁਸੀਂ ਪੋਜ਼ਿਟਿਵ ਟਾਈਮ, ਉਹ ਪੋਜ਼ਿਟਿਵ ਵੇ ਦੇ ਵਿੱਚ ਜਿਉਮੋ, ਅਤੇ ਉੱਥੇ ਜਿਹੜਾ ਕੰਮ ਆ ਤੁਸੀਂ ਉਹਨੂੰ 100% ਦਿਓ। ਇਹ ਨਾ ਹੋਵੇ ਵੀ ਤੁਸੀਂ ਪ੍ਰੀਵੀਅਸ ਜੋ ਕੰਮ ਕੀਤੇ ਆ ਜਾਂ ਮਾਈਟ ਵੀ ਅੱਗੇ ਫਿਊਚਰ ਦੇ ਵਿੱਚ ਕੰਮ ਕਰਨੇ ਆ, ਉਹਦੇ 'ਚ ਤੁਹਾਡਾ ਪ੍ਰੈਜੈਂਟ ਜਿਹੜਾ ਉਹ ਸਫ਼ਰ ਕਰ ਰਿਹਾ, ਉਹਦੇ 'ਚ ਤੁਹਾਡਾ ਇੰਪੈਕਟ ਜਿਹੜਾ ਪ੍ਰੈਜੈਂਟ ਪ੍ਰੋਜੈਕਟ 'ਤੇ ਪਈ ਜਾਂਦਾ, ਵੈਦਰ ਉਹ ਚੰਗਾ ਬਣ ਰਿਹਾ ਮਾੜਾ ਬਣ ਰਿਹਾ, ਤੁਸੀਂ ਆਪਣਾ 100% ਦਿਓ ਉਹਦੇ 'ਚ, ਰਾਈਟ। ਸੋ ਕਈ ਵਾਰੀ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਮਤਲਬ 19-21 ਚੀਜ਼ ਵੀ ਨਾ ਬਹੁਤ ਵੱਡੀ ਹੋ ਜਾਂਦੀ ਹੈ ਜੀ, ਤੁਸੀਂ ਆਪਣਾ 100% ਦੇ ਦਿੰਦੇ ਹੋ, ਬਾਕੀ ਕੁਛ ਨਹੀਂ ਪਤਾ ਕਿਹੜੇ ਵੇਲੇ ਕਿਹਦੀਆਂ ਦੁਆਵਾਂ ਕੰਮ ਕਰ ਦੇਣੀਆਂ, ਹੈ ਨਾ। ਸੋ ਪ੍ਰੈਸ਼ਰ ਹੁੰਦਾ ਹਰ ਚੀਜ਼ ਦਾ, ਬਟ ਉਹਨੂੰ ਟੈਕਲ ਕਰਨ ਦਾ ਆਪੋ ਆਪਣਾ ਵੇ ਹੈ ਸਾਰਿਆਂ ਦਾ, ਕੋਈ ਉਹਨੂੰ ਇਗਨੋਰ ਕਰਕੇ ਟੈਕਲ ਕਰ ਦਿੰਦਾ। ਹੁਣ ਫੋਰ ਐਗਜ਼ਾਮਪਲ ਮੇਰਾ ਕਿਸੇ ਨਾਲ ਮਸਲਾ, ਮੇਰੀ ਕੋਈ ਲੜਾਈ ਹੈ, ਮੇਰਾ ਹੱਥ ਹੈ ਚੁੱਪ ਜੋ, ਮੇਰਾ ਪੁਆਇੰਟ ਆਫ ਵਿਊ, ਕਈਆਂ ਨੂੰ ਕਲੈਰੀਫਿਕੇਸ਼ਨ ਦੇ ਕੇ, ਕਈਆਂ ਦਾ ਇੱਕ ਦਿਨ ਚੁੱਪ ਰਹਿ ਕੇ ਅਗਲੇ ਦਿਨ ਸੋਰਟ ਆਊਟ ਕਰਨਾ, ਕਈਆਂ ਦਾ ਹਫ਼ਤੇ ਬਾਅਦ ਸੋਰਟ ਆਊਟ, ਵੇ ਆ ਸਾਰਿਆਂ ਦੀ ਆਪਣੀ ਲੜਾਈ ਸੋਰਟ ਕਰਦਾ, ਸੇਮ ਹੀ ਪ੍ਰੈਸ਼ਰ ਨੂੰ ਟੈਕਲ ਕਰਨ ਦਾ ਵੇ ਆ। ਸੋ ਅੱਡ ਅੱਡ ਪ੍ਰੈਸ਼ਰ ਨੇ ਸਾਰਿਆਂ ਦੇ, ਕੋਈ ਕਿਸੇ ਨੂੰ ਕੁਛ ਪ੍ਰੈਸ਼ਰ ਲੱਗਦਾ, ਕਿਸੇ ਨੂੰ ਕੁਛ ਲੱਗਦਾ। ਸੋ ਥੈਂਕਸ।